ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਨੌਸ਼ਹਿਰਾ ਜ਼ਿਲ੍ਹੇ ਦੀ ਇੱਕ ਤਹਿਸੀਲ ਹੈ ਨਿਜ਼ਾਮਪੁਰ। ਇੱਥੇ ਬਹੁਤ ਸਾਰੇ ਲੋਕ ਦਰਿਆ ਦੇ ਪਾਣੀ ਵਿੱਚੋਂ ਸੋਨਾ ਕੱਢਣ ਦਾ ਕੰਮ ਕਰ ਰਹੇ ਨੇ। ਮੁਹੰਮਦ ਨਈਮ ਨਾਮ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਹਨਾਂ ਨੂੰ ਇੱਥੇ ਦਿਹਾੜੀ ਵਜੋਂ 1500 ਪਾਕਿਸਤਾਨੀ ਰੁਪਏ ਮਿਲਦੇ ਨੇ, ਕਿਉਂਕਿ ਇਹ ਇੱਕ ਗੈਰ ਕਾਨੂੰਨੀ ਕੰਮ ਹੈ। ਨੌਸ਼ਹਿਰਾ ਦੇ ਡਿਪਟੀ ਕਮਿਸ਼ਨਰ ਖਾਲਿਦ ਖਟਕ ਨੇ BBC ਨੂੰ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਨਿਜ਼ਾਮਪੁਰ ਵਿੱਚ ਵੱਡੇ ਪੈਮਾਨੇ ਤੇ ਅਬਾਸੀਨ ਯਾਨੀ ਸਿੰਧੂ ਦਰਿਆ ਵਿੱਚੋਂ ਸੋਨਾ ਕੱਢਣ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਹੈ। ਅਜਿਹਾ ਕਰਨਾ ਗੈਰ ਕਾਨੂੰਨੀ ਹੈ, ਫਿਰ ਵੀ ਇੱਥੇ ਵੱਡੀਆਂ ਮਸ਼ੀਨਾਂ ਅਤੇ ਕਈ ਮਜ਼ਦੂਰਾਂ ਦੀ ਮਦਦ ਨਾਲ ਇਹ ਕੰਮ ਜਾਰੀ ਹੈ। ਨੌਸ਼ਹਿਰਾ ਦੇ ਜਹਾਂਗੀਰਾ ਇਲਾਕੇ ਦੀ ਆਬਾਦੀ ਲਗਭਗ 3 ਲੱਖ ਹੈ। ਭਾਵੇਂ ਇੱਥੋਂ ਦੇ ਲੋਕ ਫੌਜ ਦੀ ਸੀਮੈਂਟ ਫੈਕਟਰੀ, ਸਿਕਿਉਰਿਟੀ ਕੰਪਨੀ ਅਤੇ ਟਰਾਂਸਪੋਰਟ ਵਿੱਚ ਸਖ਼ਤ ਮਿਹਨਤ ਕਰਦੇ ਨੇ, ਪਰ ਪਿਛਲੇ 2 ਸਾਲਾਂ ਤੋਂ ਹਜ਼ਾਰਾਂ ਲੋਕ ਸਿੰਧੂ ਦਰਿਆ ਵਿੱਚੋਂ ਸੋਨਾ ਕੱਢਣ ਦੇ ਕੰਮ ਵਿੱਚ ਲੱਗੇ ਹੋਏ ਨੇ। ਇਹ ਲੋਕ ਖੁੱਲ੍ਹ ਕੇ ਕਹਿਣ ਤੋਂ ਗੁਰੇਜ਼ ਕਰਦੇ ਨੇ, ਪਰ ਇਹ ਵੀ ਕਹਿੰਦੇ ਨੇ ਕਿ ਇਸ ਕੰਮ ਵਿੱਚ ਕੁਝ ਵੱਡੇ ਲੋਕ ਸ਼ਾਮਿਲ ਨੇ। ਬਹੁਤ ਸਾਰੇ ਲੋਕ ਕਰੋੜਾਂ ਰੁਪਏ ਦੀ ਮਸ਼ੀਨਰੀ ਖਰੀਦ ਕੇ ਜਾਂ ਫਿਰ ਕਿਰਾਏ ਤੇ ਲੈ ਕੇ ਇਹ ਕੰਮ ਕਰ ਰਹੇ ਨੇ। ਨੌਸ਼ਹਿਰਾ ਜ਼ਿਲ੍ਹੇ ਵਿੱਚ ਸਿੰਧੂ ਦਰਿਆ ਵਿੱਚੋਂ ਸੋਨੇ ਦੀ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਖਣਿਜ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਾਂਝੇ ਤੌਰ ਤੇ ਕਾਰਵਾਈ ਕਰ ਰਹੇ ਨੇ। ਮਸ਼ੀਨਾਂ ਨੂੰ ਜ਼ਬਤ ਕੀਤਾ ਜਾਂਦਾ ਹੈ ਤੇ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮਸ਼ੀਨਾਂ ਦੇ ਪਾਣੀ ਵਿੱਚ ਡੁੱਬਣ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਨੇ, ਪਰ ਦਰਿਆ ਵਿੱਚੋਂ ਸੋਨਾ ਕੱਢਣ ਦਾ ਕੰਮ ਘਟਣ ਦੀ ਬਜਾਏ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਨੌਸ਼ਹਿਰਾ ਦੇ ਡਿਪਟੀ ਕਮਿਸ਼ਨਰ ਖਾਲਿਦ ਖਟਕ ਦਾ ਕਹਿਣਾ ਹੈ ਕਿ ਚੰਗਾ ਹੋਵੇਗਾ ਜੇਕਰ ਖਣਿਜ ਵਿਭਾਗ ਇਸ ਨੂੰ ਲੀਜ਼ ਤੇ ਦੇ ਦੇਵੇ ਜਾਂ ਨਿਲਾਮੀ ਕਰ ਦੇਵੇ, ਕਿਉਂਕਿ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਟਾ ਲੱਗ ਰਹੀ ਹੈ। ਉਧਰ ਸੂਬਾਈ ਖਣਿਜ ਵਿਭਾਗ ਦੇ ਡਾਇਰੈਕਟਰ ਜਨਰਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਮਿਲ ਸਕਿਆ। ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਂਦੀ ਹੈ, ਪਰ ਪੁਲਿਸ ਕਰਮੀ ਆਮ ਚੋਣਾਂ ਨੇੜੇ ਹੋਣ ਕਾਰਨ ਮਸਰੂਫ ਨੇ। ਇੱਕ ਤਾਂ ਇਹ ਕੰਮ ਵੱਡੇ ਇਲਾਕੇ 'ਚ ਹੋ ਰਿਹਾ ਹੈ, ਉੱਤੋਂ ਵੱਡੀਆਂ ਤੇ ਭਾਰੀ ਮਸ਼ੀਨਾਂ ਨੂੰ ਜ਼ਬਤ ਕਰਕੇ ਥਾਣੇ ਵਿੱਚ ਲੈ ਕੇ ਜਾਣਾ ਵੀ ਵੱਡੀ ਚੁਣੌਤੀ ਹੈ। ਹੁਣ ਨਿਜ਼ਾਮਪੁਰ ਵਿੱਚ ਸਿੰਧੂ ਦਰਿਆ ਤੋਂ ਇਲਾਵਾ ਜਹਾਂਗੀਰਾ ਅਤੇ ਸਵਾਬੀ ਜ਼ਿਲ੍ਹਿਆਂ ਵਿੱਚ ਵੀ ਕੁੰਡ ਪਾਕ ਦੇ ਇਲਾਕਿਆਂ ਦੇ ਨਾਲ ਨਾਲ ਪੰਜਾਬ ਦੇ ਅਟਕ ਵਿੱਚ ਸਿੰਧੂ ਦਰਿਆ ਦੇ ਪਾਣੀ ਵਿੱਚੋਂ ਵੀ ਸੋਨਾ ਕੱਢਣ ਦਾ ਗੈਰ ਕਾਨੂੰਨੀ ਕੰਮ ਸ਼ੁਰੂ ਹੋ ਗਿਆ ਹੈ। ਪਿਸ਼ਾਵਰ ਯੂਨੀਵਰਸਿਟੀ ਦੇ ਭੂ ਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਅਸਗਰ ਨੇ ਸਿੰਧ ਅਤੇ ਕਾਬੁਲ ਦਰਿਆ ਦੇ ਸੰਗਮ ਤੇ ਇੱਕ ਜੀਓ ਫਿਜ਼ੀਕਲ ਸਰਵੇਖਣ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਚੱਟਾਨਾਂ ਦਾ ਰੂਪ ਧਾਰਨ ਕਰਨ ਵਾਲੇ ਲਾਵੇ ਵਿੱਚ ਬਹੁਤ ਸਾਰੀਆਂ ਧਾਤਾਂ ਨੇ। ਗਲੇਸ਼ੀਅਰ ਦੇ ਟੁੱਟਣ, ਤੇਜ਼ ਮੀਂਹ ਜਾਂ ਹੜ੍ਹ ਕਾਰਨ ਇਹ ਧਾਤ ਦੇ ਕਣ ਨਦੀ ਦੇ ਪਾਣੀ ਨਾਲ ਮਿਲ ਕੇ ਵਹਿ ਜਾਂਦੇ ਨੇ। ਸੋਨਾ ਇੱਕ ਭਾਰੀ ਧਾਤ ਹੋਣ ਕਰਕੇ ਹੇਠਾਂ ਬੈਠ ਜਾਂਦਾ ਹੈ। ਉਹਨਾਂ ਮੁਤਾਬਕ ਦਰਿਆਵਾਂ ਦੇ ਸੰਗਮ ਜਾਂ ਡੈਮਾਂ ਵਿੱਚ ਇਹਨਾਂ ਦੇ ਮਿਲਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਉਹ ਦੱਸਦੇ ਨੇ ਕਿ ਅਟਕ ਵਿੱਚ ਕਾਬੁਲ ਅਤੇ ਸਿੰਧ ਦਰਿਆ ਦਾ ਸੰਗਮ ਅਤੇ ਨਿਜ਼ਾਮਪੁਰ ਵਿੱਚ ਸਿੰਧ ਦਰਿਆ ਅਜਿਹੇ ਸਥਾਨ ਨੇ ਜਿੱਥੇ ਪਾਣੀ ਵਿੱਚ ਨਾ ਸਿਰਫ ਸੋਨਾ ਸਗੋਂ ਹੋਰ ਵੀ ਕੀਮਤੀ ਧਾਤਾਂ ਵੱਡੀ ਮਾਤਰਾ ਵਿੱਚ ਮਿਲਦੀਆਂ ਨੇ। ਇੱਥੇ ਰੇਤ ਨੂੰ ਪਹਿਲਾਂ ਧੋਤਾ ਜਾਂਦਾ ਹੈ ਅਤੇ ਫਿਰ ਛਾਣਿਆ ਜਾਂਦਾ ਹੈ। ਕਈ ਘੰਟਿਆਂ ਦੀ ਪ੍ਰਕਿਰਿਆ ਤੋਂ ਬਾਅਦ ਸੋਨੇ ਦੇ ਕਣਾਂ ਨੂੰ ਰੇਤ ਤੋਂ ਵੱਖ ਕਰ ਦਿੱਤਾ ਜਾਂਦਾ ਹੈ। ਡਾਕਟਰ ਅਸਗਰ ਅਲੀ ਨੇ ਕਿਹਾ ਕਿ ਦੁਨੀਆ ਵਿੱਚ 2 ਥਾਵਾਂ ਤੇ ਪਾਣੀ ਵਿੱਚੋਂ ਵੱਡੀ ਮਾਤਰਾ ਵਿੱਚ ਸੋਨਾ ਕੱਢਿਆ ਜਾਂਦਾ ਹੈ। ਇੱਕ ਹੈ ਅਫਰੀਕਾ ਦਾ ਸ਼ਹਿਰ ਜੋਹਾਨਸਬਰਗ ਅਤੇ ਦੂਜਾ ਅਮਰੀਕਾ ਦਾ ਕੈਲੀਫੋਰਨੀਆ ਰਾਜ। ਉਹਨਾਂ ਨੇ ਕਿਹਾ ਕਿ ਖੈਬਰ ਪਖਤੂਨਖਵਾ ਦੀਆਂ ਵੱਖ ਵੱਖ ਥਾਵਾਂ ਤੇ ਪਾਣੀਆਂ ਵਿੱਚ ਵੱਡੀ ਮਾਤਰਾ ਵਿੱਚ ਸੋਨਾ ਮੌਜੂਦ ਹੈ, ਪਰ ਇਸ ਸੰਬੰਧੀ ਖੋਜ ਅਤੇ ਆਧੁਨਿਕ ਤਕਨੀਕ ਦੀ ਲੋੜ ਹੈ। ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਨਾਲ ਨਾ ਸਿਰਫ ਸਰਕਾਰੀ ਖਜ਼ਾਨੇ ਨੂੰ ਫਾਇਦਾ ਹੋਵੇਗਾ ਸਗੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕਮਾਈ ਦੇ ਮੌਕੇ ਵੀ ਮਿਲਣਗੇ।